ਜੀ ਗੁਰਨੀਰ ਦਾ ਪੇਪਰ ਸਬਮਿਟ ਕਰਤਾ। लेके दवाई अपना स्टार्ट करो। वाहेगुरु जी का खालसा वाहेगुरु जी की फतेह। वाहेगुरु जी हुण भी दवाई चली हो जांदी है हले कोर्स जा जिवें पूरा नहीं हुंदा ते इधर दीदी नूं थोड़ी जी इह प्रॉब्लम रहिंदी है सर्वाइकल दी मसाज करा फिर थोड़ा जा मसाज मसूज करके चलिया जांदा है दिल्ली करके ना थकावट हो गई बेरामी जी ना हनी और हो जांदी है बेरामी करके सारा शरीर फिर भी चलो अंदाजे नाल जिवें आपां इह चीजां दी मसाज करदे आ इह नसां ने ना जिहड़ियां इह सख्त हो जांदियां ने फिर इह खिच पाउंदियां ने गर्दन नूं फिर गर्दन दुखण लग जांदी है नाले मोढे दुखण लग जांदे ने ਇਹਦੇ ਨਾਲ ਮਾਸ ਹੈ ਜਿਹੜਾ ਆਪਣਾ ਇਹ ਸਕਿਨ ਬਹੁਤ ਸਖਤ ਹੋ ਜਾਂਦੀ ਹੈ ਤਾਂ ਹੀ ਫਿਰ ਦੁਖਣ ਲੱਗ ਜਾਂਦੀ ਹੈ ਸਖਤ ਹੋ ਕੇ ਜਿਵੇਂ ਮੈਨੂੰ ਬੈਕ ਪੇਨ ਦੀ ਪ੍ਰੋਬਲਮ ਹੋ ਜਾਂਦੀ ਹੈ ਦੀਦੀ ਨੂੰ ਐਵੇਂ ਇੱਥੋਂ ਸਰਵਾਈਕਲ ਦੀ ਮੋਢਿਆਂ ਦੀ ਬਾਹਾਂ ਦੀ ਇਹ ਹੋ ਜਾਂਦੀ ਹੈ ਆਪਣੀਆਂ ਆਪਣੀਆਂ ਚੱਲੀ ਜਾਂਦੀਆਂ ਨੇ ਜੀ ਇਹ ਦੇਖੋ ਆਪਾਂ ਨੀਚੇ ਤੋਂ ਨਾ ਇਹ ਉੱਪਰ ਨੂੰ ਪ੍ਰੈਸ ਕਰਾਂਗੇ ਇੱਥੋਂ ਫਿਰ ਇਹ ਮੋਢੇ ਵੀ ਇਹਦਾ ਗਲ ਛੋਟਾ ਹੈ ਟੀ ਸ਼ਰਟ ਪਾਉਣੀ ਸੀ ਇਹਨੂੰ ਆਪਾਂ ਐਵੇਂ ਕਰਕੇ ਲਿਜਾਵਾਂਗੇ ਇੱਥੋਂ ਉੱਪਰ ਨੂੰ ਲਿਜਾਵਾਂਗੇ ਫਿਰ ਜਿਹੜੀ ਇਹ ਗਰਦਨ ਹੈ ਇਹਨੂੰ ਐਵੇਂ ਐਵੇਂ ਅਤੇ ਗਿੱਚੀ ਨੂੰ ਐਵੇਂ ਕਰਾਂਗੇ ਬਿਮਾਰੀ ਤਾਂ ਕੋਈ ਵੀ ਹੈ ਹਰੇਕ ਹੀ ਮਾੜੀ ਹੈ ਚੰਗੀ ਤਾਂ ਕੋਈ ਨਹੀਂ ਨਵੇਂ ਹੁਣ ਆਏ ਹੋਣੇ ਕਿਵੇਂ ਲੱਗਦਾ ਦੀਦੀ ਫਰਕ ਹੈ ਕੋਈ ਹਾਂ ਠੀਕ ਲੱਗ ਰਿਹਾ ਮਸਾਜ ਨਾਲ ਵੈਸੇ ਵੀ ਆਪਾਂ ਨਾਰਮਲੀ ਨਾ ਜੀ ਜੇ ਹੱਥਾਂ ਬਾਹਾਂ ਦੀ ਕੋਈ ਵੀ ਮਸਾਜ ਕਰੀਏ ਹੈ ਨਾ ਆਰਾਮ ਜਿਹਾ ਆਉਂਦਾ ਹੀ ਹੈ ਇਹ ਤਾਂ ਗਿੱਚੀ ਖੁੱਲ ਜੀ ਜਾਂਦੀ ਹੈ ਨਹੀਂ ਤਾਂ ਇੱਥੇ ਅੜਿਆ ਜਿਹਾ ਰਹਿੰਦਾ ਕੁਛ ਐ ਹੁੰਦੀ ਨਹੀਂ ਗਰਦਨ ਦੁਖਦੀ ਹੈ ਨਾ ਹਾਂ ਖੂਨ ਜਿਹਾ ਚੱਲ ਜਾਂਦਾ ਹੈ ਆਪਣੇ ਆਪ ਤੋਂ ਤਾਂ ਹੁੰਦਾ ਨਹੀਂ ਨਾ ਆਪਦੇ ਆਪ ਹੱਥ ਕਿੱਥੇ ਜਾਂਦੇ ਨੇ ਪਿੱਛੇ ਨੂੰ ਬਿਲਕੁਲ ਵੀ ਨਹੀਂ ਜਾਂਦੇ ਇਹਦੀ ਮਾਂ ਅੱਖਾਂ ਵੀ ਦੁਖਣ ਲੱਗ ਜਾਂਦੇ ਅੱਖਾਂ ਤੇ ਅਸਰ ਹੋ ਜਾਂਦੇ ਨਸਾਂ ਦਾ ਫਿਰ ਐ ਲੱਗਦਾ ਬੰਦਾ ਵੀ ਦੁਖੀ ਜਿਹਾ ਹੈ ਨਾ
ਅੱਖਾਂ ਹੀ ਦੁਖ ਰਹੀਆਂ ਨੇ, ਮੋਢਾ ਦੁਖ ਰਿਹਾ, ਦੁਖੀ ਹੋ ਲੱਗੂਗਾ। ਸਭ ਤੋਂ ਬੜੀ ਗੋਡ ਗਿਫਟ ਨਾ ਸਰੀਰ ਹੈ ਬੰਦੇ ਦਾ, ਇਸ ਤੋਂ ਕੁਛ ਨਹੀਂ ਹੈ। ਹੋਰ ਤੰਦਰੁਸਤ ਹੈ ਤਾਂ ਖਾਧਾ ਪੀਤਾ ਜਾਂਦਾ, ਕੰਮ ਕਾਰ ਹੁੰਦਾ। ਜੇ ਹੁਣ ਇਹੀ ਨਹੀਂ ਤੰਦਰੁਸਤ, ਫਿਰ ਕੰਮ ਵੀ ਨਹੀਂ ਹੁੰਦਾ, ਨਾ ਕੁਛ ਖਾਣ ਪੀਣ ਨੂੰ ਚੰਗਾ ਲੱਗਦਾ। ਸਭ ਤੋਂ ਬੜਾ ਗਿਫਟ ਤਾਂ ਇਹੀ ਹੈ। ਆਰਾਮ ਆ ਰਿਹਾ ਬੜੀ ਜੇ, ਦੋ ਤਿੰਨ ਘੰਟੇ ਬੈਠਿਆ। ਦੂਜੇ ਦੀ ਹੈਲਪ ਕਰਨੀ ਚਾਹੀਦੀ ਹੈ। ਹੁਣ ਮੈਨੂੰ ਆਰਾਮ ਆ ਗਿਆ ਇਹ ਮਸਾਜ ਕਰਾ ਕੇ, ਜਿਵੇਂ ਬੈਕ ਪੇਨ ਹੁੰਦੀ ਹੈ ਅਸੀਂ ਆਪਸ 'ਚ ਦੋਨੇ ਜਣੀਆਂ ਦੂਜੇ ਦੂਜੇ ਮਾਲਿਸ਼ ਕਰ ਲੈਂਦੀਆਂ ਜੀ ਮਸਾਜ। ਦੇਖੋ ਬੰਦਾ ਬੰਦੇ ਦਾਰੂ ਹੈ, ਹੋਰ ਜੇ ਬੰਦਾ ਇੱਕ ਦੂਜੇ ਦੀ ਹੈਲਪ ਕਰੇਗਾ ਤਾਂ ਸੌਖਾ ਨਿਕਲ ਜਾਣਾ ਟਾਈਮ ਨਹੀਂ, ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ। ਨਾ ਨਾ ਆਪਣੇ ਤਾਂ ਹੱਥ ਨਾਲ ਹੁੰਦੇ ਆ ਮਸਾਜ, ਹਿੰਮਤ ਨੀ ਪੈਂਦੀ ਕੰਮ ਕੰਮ ਕਰਨ ਦੀ, ਕਿਉਂਕਿ ਇੱਕ ਹੋਰ ਹੈ ਨਾ, ਜੇ ਬੰਦਾ ਇਕੱਲਾ ਹੁੰਦਾ ਸੋਚਦਾ ਮੈਂ ਠਹਿਰ ਕੇ ਕਰ ਲਵਾਂਗਾ ਹਜੇ ਕੰਮ, ਵੀ ਹਜੇ ਬਾਅਦ 'ਚ ਕਰ ਲਵਾਂ, ਪਰ ਜਦ ਬੰਦਾ ਇੱਕ ਨਾਲ ਸਪੋਰਟ ਹੋ ਜਾਂਦੀ ਹੈ ਤਾਂ ਹੁਣ ਹੀ ਕਰ ਲਓ। ਨਹੀਂ ਹੁਣ ਸਾਰੇ ਜਣੇ ਮਤਲਬ ਜੇ ਕੋਈ ਪਿਆ ਵੀ ਇੱਕ ਜਣਾ ਕਰ ਵੀ ਲੈਂਦਾ ਜਾਂ ਪਾਣੀ ਦੇ ਸਾਰੇ ਪੀ ਲਿਓ ਛੱਕ ਲਿਓ, ਹੋਰ ਐਂ ਹੋ ਜਾਂਦਾ ਨਾ। ਇਕੱਲਾ ਬੰਦਾ ਇੱਕ ਟਾਈਮ ਰੋਟੀ ਖਾਂਦਾ ਵੀ ਨਹੀਂ, ਇੱਕ ਟਾਈਮ ਛੱਡ ਵੀ ਦੇ ਵੀ ਚੱਲ ਹੁਣ ਇਕੱਲਾ ਹੀ ਹੈ, ਕਿਹੜਾ ਕਿਸੇ ਨੇ ਹੋਰ ਨੇ ਖਾਣੀ ਹੈ। ਹੁਣ ਜੇ ਹੋਰ ਨਾਲ ਹੋਣਗੇ ਦੋ ਦਿਨ ਖਾਣ ਵਾਲੇ ਆਏ ਤਾਂ ਰੋਟੀ ਤਾਰ ਲੈਂਦੇ ਆ ਸਾਰੇ ਖਾ ਲੈਣਗੇ। ਹਾਂ ਬੰਦਾ ਹਾਸੇ ਖੇਡ ਹੀ ਜਾਂਦਾ ਨਾ, ਹੈਲਪ ਤਾਂ ਕਰਨੇ ਪਰਿਵਾਰਾਂ 'ਚ ਇਹੀ ਤਾਂ ਹੈ, ਕਹਿੰਦਾ ਸਾਰੇ ਰਲ ਮਿਲ ਕੇ ਹੀ ਪਰਿਵਾਰ 'ਤੇ, ਇੱਕ ਨੇ ਭਾਂਡੇ ਸਾਫ਼ ਕਰ ਲਏ, ਇੱਕ ਨੇ ਰੋਟੀ ਬਣਾ ਲਈ, ਜੇ ਵੱਡੇ ਵੱਡੇ ਦੋ ਦੋ ਜਣੀਆਂ ਨੇ ਰੋਟੀ ਪਾਣੀ, ਦੋ ਜਣੇ ਇੱਕ ਨੇ ਪਕਾਉਣ ਰਾੜਨ ਲੱਗ ਗਏ, ਇੱਕ ਨੇ ਪਾਉਣ ਲੱਗ ਗਏ ਰੋਟੀ, ਇੱਕ ਨੇ ਭਾਂਡੇ ਧੋ ਅਤੇ ਮਾਂਜਦੇ ਐਂ ਬਸ ਨਿਬੜ ਜਾਂਦਾ, ਤਾਂ ਵੱਡੇ ਟੱਬਰਾਂ 'ਚ ਨਿਬੜ ਵੀ ਛੇਤੀ ਜਾਂਦਾ, ਕਿਉਂ ਟਾਈਮ ਨਾਲ ਬੰਦਾ ਖਾ ਲੈਂਦਾ, ਟਾਈਮ ਨਾਲ ਆਪਣਾ ਨਿਬੇੜ ਦਿੰਦਾ ਡਿਊਟੀ ਵਾਂਗੂ। ਇਹ ਤਾਂ ਰਸ ਗਈ, ਹੋਰ ਲਵਾਂਗੇ ਜਲਦੀ ਹੋ ਜਾਂਦਾ ਰਸ ਜਾਂਦਾ, ਇਹ ਹਜੇ ਟਿਊਬ ਟਾਈਮ ਲੱਗਦੀ ਹੈ। ਨਹੀਂ ਇਹਦੇ ਨਾਲ ਜ਼ਿਆਦਾ ਖੁਸ਼ਕ ਜਿਹਾ ਫੜਿਆ ਜਾਂਦਾ ਪਿੰਡਾਂ ਦਾ, ਫਿਰ ਤੇਲ ਜੀ ਨਾਲੇ ਐਵੇਂ ਐਵੇਂ ਜਿਹਾ ਹੋ ਹੁੰਦਾ ਨਾਲੇ, ਹੱਥ ਜਿਹਾ ਤਿਲਕੀ ਜਾਂਦਾ ਤੇ ਮਸਾਜ ਜੀ। ਵਾਹਿਗੁਰੂ ਜੀ, ਡੈਡੀ ਮੱਝਾਂ ਨੂੰ ਕੱਖ ਪਾ ਰਹੇ ਨੇ। ਇੱਥੇ ਪਾਪਾ ਪਾਲਕ ਵੱਢ ਰਹੇ ਨੇ।
वाहिगुरु जी, ये दोपहर का टाइम है तो इतने सारे रेस्ट कर रहे ने। मेरे मम्मा बाहर रेस्ट कर रहे ने तो दूजे मम्मा अंदर ने। प्रतीक का पेपर है, वो अंदर पढ़ रहा है। और